ਛੇਤੀ ਛੇਤੀ ਆ ਜਾ ਪਰਦੇਸੀਆ, ਅੱਖੀਆਂ ਵੀ ਥੱਕ ਚੱਲੀਆਂ ਛੇਤੀ ਮੁੜਿਆ ਮੁੜਿਆ ਘਰਾਂ ਨੂੰ ਜਿੰਦੇ ਵੱਜ ਗਏ, ਕੁੰਜੀਆਂ ਨਾ ਰਹਿਣ ਕੱਲੀਆਂ ਕੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀਆਂ। ਡੌਂਕੀ ਇੱਕ ਅਜਿਹੀ ਡੌਂਕੀ ਜਿਸ ਬਾਰੇ ਸੁਣ ਕਈ ਲੋਕਾਂ ਦੇ ਦਿਲ ਤਾਂ ਖੁਸ਼ ਹੁੰਦੇ ਨੇ, ਪਰ ਉਹਨਾਂ ਦੇ ਦਿਲ ਖੁਸ਼ ਹੋਣ ਦੇ ਨਾਲ ਨਾਲ ਡਰ ਵੀ ਜਾਂਦੇ ਨੇ। ਅਜਿਹੀ ਡੌਂਕੀ ਜਿਸ ਨੇ ਕਈ ਲੋਕਾਂ ਨੂੰ ਤਾਂ ਅਮੈਰੀਕਾ ਪਹੁੰਚਾ ਦਿੱਤਾ, ਪਰ ਕਈ ਮਾਵਾਂ ਦੇ ਪੁੱਤ ਮਰਵਾ ਦਿੱਤੇ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ, ਤੁਹਾਡਾ ਆਪਣਾ ਹੋਸਟ, ਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ। ਦੋਸਤੋ, ਡੌਂਕੀ ਬਾਰੇ ਆਪਾਂ ਤੁਹਾਨੂੰ ਪਹਿਲਾਂ ਕਈ ਵੀਡੀਓ ਦਿਖਾ ਚੁੱਕੇ ਹਾਂ ਕਿ ਕਿਵੇਂ ਲੋਕ ਡੌਂਕੀਆਂ ਲਾਉਂਦੇ ਨੇ ਤੇ ਲੱਖਾਂ ਰੁਪਏ ਲਾ ਖਤਰਨਾਕ ਰਸਤਿਆਂ ਰਾਹੀਂ ਅਮੈਰੀਕਾ ਪਹੁੰਚਦੇ ਨੇ, ਪਰ ਉਹਨਾਂ ਵਿੱਚੋਂ ਕੁਝ ਲੋਕ ਰਸਤੇ ਦੇ ਖਤਰਨਾਕ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ ਤੇ ਰਸਤੇ ਵਿੱਚ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਸਿੰਘੇ ਦੀ। ਜੀ ਹਾਂ ਦੋਸਤੋ, ਸਿੰਘੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਸਾਥੀਆਂ ਨਾਲ ਇੱਕ ਕਿਸ਼ਤੀ ਵਿੱਚ ਬੈਠਿਆ ਹੋਇਆ ਹੈ ਤੇ ਇੱਕ ਨਦੀ ਨੂੰ ਪਾਰ ਕਰਦਾ ਪਿਆ ਹੈ, ਜਿਸ ਵਿੱਚ ਸਿੰਘੇ ਦੇ ਸਾਥੀ ਕਹਿੰਦੇ ਪਏ ਨੇ ਕਿ ਸਿੰਘਾ ਸਾਨੂੰ ਡੌਂਕੀ ਲਾਉਂਦੇ ਹੀ ਸਾਨੂੰ ਇੱਥੇ ਮਿਲ ਗਿਆ ਤੇ ਆਪਾਂ 28-28 ਲੱਖ ਰੁਪਇਆ ਲਾ ਕੇ ਡੌਂਕੀ ਰਾਹੀਂ ਅਮੈਰੀਕਾ ਚੱਲੇ ਹਾਂ। ਤੇ ਦੋਸਤੋ, ਇਸ ਵੀਡੀਓ ਨੂੰ ਲੋਕੀ ਬਹੁਤ ਹੀ ਜ਼ਿਆਦਾ ਸ਼ੇਅਰ ਕਰਦੇ ਪਏ ਨੇ, ਕਈ ਯੂਟਿਊਬ ਚੈਨਲ ਵੀ ਸਿੰਘੇ ਦੀ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਾ ਰਹੇ ਨੇ ਤੇ ਕਹਿ ਰਹੇ ਨੇ ਕਿ ਸਿੰਘਾ ਡੌਂਕੀ ਰਾਹੀਂ ਅਮੈਰੀਕਾ ਜਾਂਦਾ ਪਿਆ ਹੈ। ਆਓ ਦੋਸਤੋ, ਤੁਹਾਨੂੰ ਵੀ ਇਸ ਵੀਡੀਓ ਵੱਲ ਇੱਕ ਝਾਤ ਮਰਾਉਂਦੇ ਹਾਂ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਨਾਲ ਹੀ ਆਪਾਂ ਮੋਟੀਵੇਟ ਹੁੰਦੇ ਹਾਂ ਤੇ ਤੁਹਾਡੇ ਪਸੰਦ ਦੀਆਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਸੋ ਦੋਸਤੋ, ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਸਟਾਰਟ। ਦੱਸਾਂ ਕੌਣ ਬੋਲਦਾ ਵੀਰੇ? ਬਾਈ ਨਾਲ ਲੈ ਕੁਦਰਤੀ ਮੇਲੇ ਹੋ ਗਏ, ਅਸੀਂ ਵੀ ਡੌਂਕੀ ਲਾਉਣ ਚੱਲੇ ਸੀ ਬਾਈ, ਵੀ ਡੌਂਕੀ ਦੀ ਹੈ ਨਹੀਂ ਕੁਝ ਸਾਉਣ ਸਾਉਣ ਤੇ ਹੈ ਨਹੀਂ ਗਾ ਕੁਝ ਕਲਾਕਾਰੀ ਨੇ। ਮੈਂ ਕਹਿੰਦਾ ਜੀ ਬਸ ਆਹੀ ਰਹਿ ਗਏ ਬਾਈ, ਮੈਨੂੰ ਤਾਂ ਲੱਗਦਾ ਬਾਲਾਂ ਦੇ ਸਟਾਈਲ ਹੀ ਹੈ ਨਾ ਆਪਣੇ ਪੱਲੇ ਹੈ ਨਾ। 28 ਲੱਖ ਰੁਪਇਆ ਦਿੱਤਾ ਮਨਾਲੀਏ ਨੇ, ਹੁਣ ਨਹੀਂ ਮੁੜ ਕੇ ਹੋਵੇ ਬਾਈ। ਕਿੰਨੇ ਪੈਸੇ ਦਿੱਤੇ ਤੁਸੀਂ? ਹਾਂਜੀ ਦੋਸਤੋ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਸਿੰਘਾ ਆਪਣੇ ਦੋਸਤਾਂ ਨਾਲ ਡੌਂਕੀ ਲਾ ਰਿਹਾ ਹੈ। ਜੀ ਹਾਂ ਦੋਸਤੋ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਾਂ ਵੀ ਇਹੀ ਸੋਚਿਆ ਸੀ ਕਿ ਸਿੰਘਾ ਡੌਂਕੀ ਲਾ ਰਿਹਾ ਹੈ, ਪਰ ਦੋਸਤੋ ਜਦੋਂ ਆਪਾਂ ਇਸ ਸੱਚਾਈ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਿੰਘੇ ਨੇ ਦੱਸਿਆ ਕਿ ਇਹ ਵੀਡੀਓ ਉਹਨਾਂ ਦੇ ਯਾਰਾਂ ਦੋਸਤਾਂ ਨੇ ਜਸਟ ਇੱਕ ਫਨ ਵਾਸਤੇ ਬਣਾਈ ਹੈ, ਸਿੰਘਾ ਕੋਈ ਡੌਂਕੀ ਨਹੀਂ ਲਾ ਰਿਹਾ। ਸੋ ਦੋਸਤੋ, ਇਸ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਸਾਡੇ ਲਵ ਫੋਰਐਵਰ ਚੈਨਲ ਦੀ ਟੀਮ ਨੇ ਤੁਹਾਡੇ ਸਾਹਮਣੇ ਰੱਖਿਆ ਹੈ ਤੇ ਦੋਸਤੋ ਵੀਡੀਓ ਥੱਲੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਵਿੱਚੋਂ ਵੀ ਕੋਈ ਡੌਂਕੀ ਲਾ ਕੇ ਅਮੈਰੀਕਾ ਗਿਆ ਹੈ ਜਾਂ ਤੁਹਾਡੇ ਵਿੱਚ ਕੋਈ ਡੌਂਕੀ ਲਾ ਕੇ ਅਮੈਰੀਕਾ ਜਾਣਾ ਚਾਹੁੰਦਾ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।